ਮੈਂ ਰੇਸ਼ਮ ਸਿੰਘ ਸੰਧੂ ਆਪ ਸਾਰਿਆਂ ਨੂੰ ਪਾਰਥੀ ਆਜ਼ਾਦੀ ਦਿਵਸ ਤੇ ਵਧਾਈ ਦਿੰਦਾ ਇਹ ਆਜ਼ਾਦੀ ਸਾਨੂੰ ਹਜ਼ਾਰਾਂ ਹੀ ਸ਼ਹੀਦੀਆਂ ਤੋਂ ਬਾਅਦ ਤੇ ਹਜ਼ਾਰ ਕਈ ਸੌ ਸਾਲਾਂ ਤੋਂ ਬਾਅਦ ਮਿਲੀ ਹੈ ਇਸ ਦੀ ਸੰਭਾਲ ਕਰਨੀ ਸਾਡੀ ਸਾਡੇ ਸਾਰੇ ਭਾਰਤ ਵਾਸੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਇੱਕ ਕੁਨਪੇ ਦੀ ਇਹ ਇੱਕ ਕਿਸੇ ਸੈਕਟ ਦੀ ਜ਼ਿੰਮੇਵਾਰੀ ਹੈ ਨਹੀਂ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਸਾਡੀ ਸਾਰਿਆਂ ਦੀ ਹੀ ਜਾਇਦਾਦ ਹੈ ਇਸ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਸਾਨੂੰ ਇਸ ਮੌਕੇ ਤੇ ਉਹਨਾਂ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰਿਆ ਆਪਣਾ ਕੰਫਰਟ ਵਾਰਿਆ ਆਪਣੇ ਆਪ ਨੂੰ ਵਾਰਿਆ ਤੇ ਸਾਨੂੰ ਇਹ ਆਜ਼ਾਦੀ ਦਿਵਸ ਸੁਭਾਗ ਕਰਾਇਆ ਸਾਨੂੰ ਉਹਨਾਂ ਨੌਜਵਾਨ ਜਵਾਨਾਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ ਜਿਹੜੇ ਸਾਡੇ ਸਰਹੱਦਾਂ 'ਤੇ ਬੈਠੇ ਹਨ ਤੇ ਇਸ ਆਜ਼ਾਦੀ ਨੂੰ ਬਚਾਉਣ ਵਾਸਤੇ ਆਪਣੀਆਂ ਜਾਨਾਂ ਦੇ ਚੁੱਕੇ ਹਨ ਅਤੇ ਕਈ ਆਪਣੀਆਂ ਜਾਨਾਂ ਦੇਣ ਵਾਸਤੇ ਅੱਜ ਵੀ ਉੱਥੇ ਬੈਠੇ ਹਨ ਉਹਨਾਂ ਨੂੰ ਵੀ ਸਾਨੂੰ ਅੱਜ ਯਾਦ ਕਰਨਾ ਚਾਹੀਦਾ ਜੈ ਹਿੰਦ